ਪਤਨੀ ਨੇ ਦੁਬਈ ਤੋਂ ਆਏ ਪਤੀ ਦਾ ਪਾੜਿਆ ਪਾਸਪੋਰਟ। ਗੱਲਬਾਤ ਕੀ, ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ, ਪੈਸੇ ਭਰੇ ਸੀ, ਸਾਰਾ ਕੁਝ ਖਰਾਬ ਹੋ ਗਿਆ ਸਭ, ਮੈਂ ਜਾਣਾ ਸੀ ਨਿਊਜ਼ੀਲੈਂਡ। ਆਹ ਮੇਰਾ ਪਾਸਪੋਰਟ ਸੀਗਾ, ਮੈਂ 10ਵੇਂ ਮਹੀਨੇ ਜਾਣਾ ਸੀ, 2 ਤਰੀਕ ਨੂੰ ਫਲਾਈਟ ਸੀ ਮੇਰੀ, ਅਤੇ ਇੱਦਾਂ ਕਰਕੇ ਮੈਂ ਜਾਣਾ ਅਗਲੇ ਮਹੀਨੇ ਜਾਣਾ ਸੀ। ਪਾਸਪੋਰਟ ਸਾਰਾ ਮੇਰਾ ਪਾਸਤਾ ਮੇਰੀ ਘਰ ਦੀ ਨੂੰ, ਅਤੇ ਮੈਂ ਅੱਗੇ ਕਿਹਾ ਦਰਖਾਸ਼ਤ ਥਾਣੇ ਅਤੇ ਇਹ ਬੇਨਤੀ ਆ ਕਿ ਮੇਰੀ ਕਾਰਵਾਈ ਸ਼ੁਰੂ ਕੀਤੀ ਜਾਵੇ। ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ ਕੀਤੀ ਕਾਰਵਾਈ ਦੀ ਮੰਗ। ਹਾਂਜੀ, ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ, ਨਸ਼ੇ ਕਰਕੇ ਭੇਜੀ ਮੈਂ, ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਆਪਣੇ ਪੁੱਤਰ ਨੂੰ, ਇੱਥੇ ਨਸ਼ਾ ਇੱਕੋ ਮੁੰਡਾ ਹੈ। ਕਾਰਨ ਕੀ, ਮੈਂ ਕਿਹਾ ਵੀ ਨਹੀਂ ਸਾਹਿਲ ਜਾਣਾ, 1.5 ਸਾਲ ਅਕੇਲਾ ਆਇਆ, ਅਸੀਂ ਮਾਵਾਂ ਧੀਆਂ, ਕਦੀ ਆਪਦੇ ਮਾਪਿਆਂ ਤੇ ਕਦੀ ਇੱਥੇ, ਕਦੀ ਮਾਪਿਆਂ ਤੇ ਕਦੀ ਇੱਥੇ, ਸੱਸ ਮੇਰੀ ਕਿਹੜਾ ਘਰੇ ਰਹਿੰਦੀ, ਇਹ ਆਏ ਤਾਂ ਦਿਨ ਕਦੀ ਸ਼ਹਿਰ ਕਦੀ ਕਿੱਥੇ, ਅਸੀਂ ਦੋਵੇਂ ਮਾਵਾਂ ਧੀਆਂ ਘਰੇ। ਹਾਂਜੀ ਮੈਂ ਪਾੜਿਆ, ਮੈਂ ਝੂਠ ਨਹੀਂ ਬੋਲਦੀ। ਦਰਖਾਸਤ ਹੈ ਜੀ ਜਿਹੜੀ ਅੱਜ ਦਿੱਤੀ ਗਈ ਹੈ, ਆਹ ਕਾਗਜ਼ ਹੈ ਸਾਰੇ, ਅਤੇ ਤੁਸੀਂ ਇਹ ਦੱਸੋ ਜੀ ਇਹ ਕਿੰਨੀ ਕੁ ਬਹਾਦਰੀ ਵਾਲਾ ਕੰਮ ਹੈ, ਸਰਕਾਰੀ ਪਾਸਪੋਰਟ ਪੜਨਾ, ਸਰਕਾਰੀ ਪ੍ਰੋਪਰਟੀ ਨੂੰ ਪਾੜਨਾ। ਗੱਲਬਾਤ ਕੀ, ਘਰੇ ਲੜਾਈ ਇਹਨੇ ਪਾਸਪੋਰਟ ਪਾਸ ਨੂੰ, ਮੈਂ ਨਹੀਂ ਜਾਣ ਦੇਣਾ, ਅਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਾਈ ਜੋ ਬਣਦੀ ਬਸ ਕਰਨਾ। ਅਤੇ ਜੇ ਮੈਨੂੰ ਸਮਝ ਨਹੀਂ ਆਉਂਦੀ, ਅੱਜ ਕੱਲ੍ਹ ਸਾਰੀਆਂ ਜਿੰਨੀਆਂ ਵੀ ਜਨਾਨੀਆਂ, ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਛ ਕਾਮਯਾਬ ਹੋ ਜਾਏ, ਤੇ ਉਹਦੇ 'ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕ ਕੇ। ਬਾਹਰ ਜਾਣ ਦੀ ਪੰਜਾਬੀਆਂ ਨੂੰ ਇੰਨੀ ਜਲਦੀ ਅਤੇ ਲਗਨ ਹੈ ਕਿ ਉਹ ਕਰਜ਼ਾ ਚੁੱਕ ਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਨੇ। ਲੇਕਿਨ ਇਸ ਗੱਲ ਤੋਂ ਅਲੱਗ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਪਤਨੀ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸਦਾ ਪਤੀ ਵਿਦੇਸ਼ ਨਾ ਜਾ ਸਕੇ। ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਿਤ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਿੰਡ ਨਸ਼ਾ ਬਹੁਤ ਵਿਕਦਾ ਹੈ, ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਦੁਬਈ 'ਚ ਕੰਮ ਕਰਨ ਲਈ ਭੇਜਿਆ ਹੋਇਆ ਸੀ। 1 ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ, ਹੁਣ ਆਪਣੇ ਪੁੱਤ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਕੁਝ ਹੀ ਦਿਨ ਬਚੇ ਸੀ, ਉਸਨੇ ਨਿਊਜ਼ੀਲੈਂਡ ਫਲੈਟ 'ਤੇ ਜਾਣਾ ਸੀ ਅਤੇ ਹੁਣ ਘਰ ਦੇ ਵਿੱਚ ਉਸਦੀ ਪਤਨੀ ਵੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਮੇਰੇ ਪੁੱਤਰ ਦਾ ਪਤਨੀ ਵੱਲੋਂ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਪਾੜਨ ਦੀ ਗੱਲ ਦੱਸਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ, ਤਾਂ ਉਸਦਾ ਇਕੱਲਿਆ ਘਰ ਦਿਲ ਨਹੀਂ ਲੱਗਦਾ ਅਤੇ ਘਰ ਖਾਣ ਨੂੰ ਆਉਂਦਾ। ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਰਵੇ, ਇੱਥੇ ਵੀ ਕਮਾ ਸਕਦੇ ਹਾਂ, ਬਾਹਰ ਜਾਣ ਦੀ ਕੀ ਲੋੜ ਹੈ। ਲੇਕਿਨ ਪਤੀ ਦੁਬਾਰਾ ਜਿੱਦ ਕਰ ਰਿਹਾ ਸੀ ਕਿ ਸਾਡੇ ਵਿੱਚ ਅਣਬਣ ਹੋਈ ਅਤੇ ਮੈਂ ਉਸਦਾ ਪਾਸਪੋਰਟ ਪਾੜ ਦਿੱਤਾ। ਘਰ ਵਿੱਚ ਹੋਈ ਅਣਬਣ ਦੌਰਾਨ ਮੇਰੇ ਪਾਸਪੋਰਟ ਮੇਰੀ ਪਤਨੀ ਨੇ ਹੀ ਪਾੜ ਦਿੱਤਾ। ਮੈਂ ਚਾਹੁੰਦਾ ਕਿ ਮੇਰੀ ਪਤਨੀ ਖਿਲਾਫ਼ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ। ਮੇਰਾ ਨਾਮ ਸਾਹਿਲ ਹੈ, ਸੋਢੀ ਨਗਰ ਦਾ। ਗੱਲਬਾਤ ਕੀ, ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ, ਪੈਸੇ ਭਰੇ ਸੀ, ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ, ਮੈਂ ਜਾਣਾ ਸੀ ਨਿਊਜ਼ੀਲੈਂਡ। ਪਹਿਲਾਂ ਦੁਬਈ ਤੋਂ ਆਇਆ ਸੀ ਮੈਂ, ਉੱਥੇ ਲਾ ਗਿਆ 1.5 ਸਾਲ। ਹਾਂਜੀ 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 ਗੱਲਬਾਤ ਕੀ, ਘਰੇ ਲੜਾਈ ਇਹਨੇ ਪਾਸਪੋਰਟ ਪਾੜ ਦਿੰਦੀ, ਮੈਂ ਨਹੀਂ ਜਾਣ ਦੇਣਾ, ਅਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਾਈ ਜੋ ਬਣਦੀ ਬਸ ਕਰਨਾ। ਪਾਸਪੋਰਟ ਬਹੁਤ ਮੁਸ਼ਕਿਲ ਨਾਲ ਬਣਿਆ, ਬਹੁਤ ਜ਼ਿਆਦਾ ਮੁਸ਼ਕਿਲ ਨਾਲ ਪਾਸਪੋਰਟ ਬਣਿਆ, ਬਹੁਤ ਜ਼ਿਆਦਾ। ਮਨੀਸ਼ਾ ਜੀ।
ਅਸੀਂ ਸੋਢੀ ਨਗਰ ਦੇ ਰਹਿਣ ਵਾਲੇ ਜੀ। ਮੇਰਾ ਮੁੰਡਾ ਡੈਡੀਆਂ ਦਾ ਸਿਰ ਤੇ ਨੀ ਹੈਗਾ, ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਡੁਬਈ ਭੇਜਿਆ, ਉੱਥੋਂ ਆਇਆ 26 ਤਰੀਕ ਨੂੰ ਜੀ, ਤੇ ਹੁਣ ਇਹਦੀ 10ਵੇਂ ਮਹੀਨੇ ਟਿਕਟ ਸੀ, ਮੈਂ 4 ਲੱਖ ਭਰਿਆ, 2 ਤਰੀਕ ਦੇ ਲਈ ਜਾਣਾ ਸੀ, ਤੇ ਘਰ ਦੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਛ ਪਾੜਤਾ, ਦੱਸੋ ਮੈਂ ਐਡੀ ਮੁਸ਼ਕਲ ਨਾਲ ਪੈਸੇ ਭਰੇ ਕਰਜ਼ਾ ਚੱਕ ਚੱਕ ਕੇ। ਹਾਂਜੀ ਡੁਬਈ ਤੋਂ ਅੱਜ 10 ਦਿਨ ਹੋਏ ਇਹਨੂੰ ਆਏ ਨੂੰ। ਅਗਲੇ ਦਾ ਨਿਊਜ਼ੀਲੈਂਡ ਦਾ ਮੈਨੂੰ ਨਹੀਂ ਆਉਂਦਾ। ਹਾਂਜੀ ਹਾਂਜੀ ਤੇ ਘਰ ਦੀ ਨੇ ਕਰਤਾ ਸਾਰਾ ਕੁਛ, ਹੁਣ ਕੀ ਕਾਰਵਾਈ ਕੀਤੀ ਜਾਵੇ, ਸਾਰਾ ਕੁਛ ਪਾੜਤਾ। ਉਹ ਕਹਿੰਦੇ ਵੀ ਇੱਥੇ ਕਮਾ ਮੈਨੂੰ, ਇੱਥੇ ਮੁੱਠਾ ਕੰਮ ਕਰ, ਕੀ ਕਰੇ 2 ਨੰਬਰ ਦਾ ਕਰੇ ਇੱਥੇ ਕੰਮ, ਇੱਥੇ ਨਸ਼ਾ ਨੀ ਰਿਹਾ, ਮੈਂ ਨਹੀਂ ਆਦੇ ਬੱਚੇ ਨੀ ਰੱਖਣਾ ਨਸ਼ੇ। ਹਾਂਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ, ਨਸ਼ੇ ਕਰਕੇ ਭੇਜਿਆ ਮੈਂ, ਕਿਉਂਕਿ ਇੱਥੇ ਮੈਂ ਨਸ਼ੇ ਚ ਰੱਖਾ ਆਪਦੇ ਪੁੱਤਰ ਨੂੰ, ਇੱਥੇ ਨਸ਼ਾ ਇੱਕੋ ਮੁੰਡਾ ਹੈ, ਡੈਡੀ ਨੀ ਹੁੰਦਾ ਹੈਗਾ, 10 ਸਾਲ ਹੋ ਗਏ ਪੂਰੇ ਹੋਏ ਨੇ, ਮੈਂ ਭੇਜਿਆ ਮਿਹਨਤ ਕਰਕੇ 4 ਲੱਖ ਹੁਣ ਲਾਇਆ, 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ। ਦੇਖੋ ਇਹਦੀ ਕਾਰਵਾਈ ਕੀਤੀ ਜਾਵੇ, ਕਾਰਵਾਈ ਬਸ ਕਰੋ ਜੋ ਮੇਰੀ ਬਣਦੀ ਬਸ। ਕਰਨ ਕੀ ਮੈਂ ਕਿਹਾ ਵੀ ਨਹੀਂ ਸਾਹਿਲ ਜਾਣਾ, 1.5 ਸਾਲ ਅੱਗੇ ਲਾਇਆ, ਅਸੀਂ ਮਾਵਾਂ ਧੀਆਂ ਕਦੀ ਆਪਦੇ ਮਾਪਿਆਂ ਤੇ ਕਦੀ ਇੱਥੇ, ਕਦੀ ਮਾਪਿਆਂ ਤੇ ਕਦੀ ਇੱਥੇ, ਸੱਸ ਮੇਰੀ ਕਿਹੜਾ ਘਰੇ ਰਹਿੰਦੀ, ਇਹ ਆਏ ਕਦੇ ਕਦੀ ਸ਼ਹਿਰ ਕਦੀ ਕਿੱਥੇ, ਅਸੀਂ ਦੋਵੇਂ ਮਾਵਾਂ ਧੀਆਂ ਘਰੇ। ਹਾਂਜੀ ਮੈਂ ਪਾੜਿਆ, ਮੈਂ ਝੂਠ ਨੀ ਬੋਲਦੀ। ਇੱਥੇ ਰਹਿੰਦਾ ਸੀਗਾ, ਚੱਲ ਮੇਰਾ ਮਾਮਾ ਨਹੀਂ ਹੈਗਾ, ਪੈਸਾ ਅੰਕਲ ਹੈਗਾ ਏ, ਅੰਕਲ ਪਾਉਂਦਾ ਏ ਪੈਸਾ, ਤੇਲਾ ਮਹੀਨੇ ਬਾਅਦ ਪਾਉਂਦਾ, 50,000 ਪਾਤਾ, 40 ਪਾਤਾ, ਇਹ ਵੀ ਤਾਂ ਕਮਾਉਂਦਾ ਹੀ ਏ, ਇੱਥੇ ਵੀ ਕਮਾਉਂਦਾ ਸੀ ਤੇ ਕੀ ਹੁਣ ਨੀ ਕਮਾਇਆ ਜਾਂਦਾ, ਕਮਾ ਸਕਦਾ ਇੱਥੇ ਚਿੱਟਾ ਕਿਹੜਾ ਏ, ਸਾਨੂੰ ਕੋਈ ਵੇਖਦਾ ਨੀ ਚਿੱਟਾ ਇੱਥੇ ਕਿਹੜਾ ਹੈਗਾ। ਗੱਲ ਕੋਈ ਨੀ ਹੋਈ, ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ, ਫਿਰ ਮੈਂ ਗੁੱਸੇ ਚ ਇਹੀ ਪੜਨ ਮੇਰੇ ਗਲ ਪਿਆ, ਪੇੜਾ ਮਾਰੀਆਂ ਮੇਰੇ ਸੋਫੀਆ ਸੋਫੀਆ। ਅਮਨ ਵਾਲਮੀਕ, ਫਿਰੋਜ਼ਪੁਰ ਨਿਜ਼ਾਮਦੀਨ ਬਸਤੀ ਬਲਾਕ ਪ੍ਰਧਾਨ। ਆ ਮੁੰਡੇ ਨੂੰ ਲੈ ਕੇ ਆਇਆ ਸੀ ਜੀ, ਮੈਂ ਇਹਦਾ ਮਾਮਾ, ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ, ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ, ਹੁਣ ਇਹਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ, ਅਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਹੁਣ ਹੋ ਗਏ, ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ, ਇੱਥੇ ਹੀ ਰਹਿਣਾ ਪਊਗਾ, ਅਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ੍ਹ ਸਾਰੀਆਂ ਜਿੰਨੀਆਂ ਵੀ ਜਨਾਨੀਆਂ, ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਛ ਕਾਮਯਾਬ ਹੋ ਜਾਵੇ ਤਾਂ ਉਹਦੇ 'ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕ ਕੇ, ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫਿਰ ਹੀ ਤਾਂ ਘਰ ਬਾਰ ਬਣਾਊਗਾ, ਜੇ ਆਪਾਂ ਇੱਥੇ ਰਵਾਂਗੇ, ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ, ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ, ਕਤਲ ਨਸ਼ਾ ਚੋਰੀਆਂ ਡਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ, ਅਤੇ ਜੇ ਇੱਥੇ ਰਵਾਂਗੇ ਤਾਂ ਇੱਥੇ ਵਰਗੇ ਬਣਾਂਗੇ, ਅਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੁੰਦੇ ਹਾਂ ਬਾਹਰ ਜਾਂਦੇ ਹਾਂ ਅਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ, ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ, ਅਤੇ ਤੁਸੀਂ ਇਹ ਦੱਸੋ ਜੀ ਕਿ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ, ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ, ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ। ਦੇਖੋ ਜੀ ਇਹ ਬਣਦੀ ਕਾਰਵਾਈ ਆ, ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ, ਆ ਬਣਦੀ ਕਾਰਵਾਈ ਹਰ ਹਾਲਤ 'ਚ ਕਰਵਾਵਾਂਗੇ ਜਿਹਦਾ ਪਾਸਪੋਰਟ ਪਾੜਿਆ, ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ੍ਹ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ, ਹੋਰ ਵੀ ਪਾੜ ਸਕਦੇ ਆਪਾਂ, ਅਤੇ ਜੇ ਆਪਾਂ ਅੱਜ ਪਾਸਪੋਰਟ ਪਾੜਿਆ ਤਾਂ ਬਣਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ, ਅਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ, ਕਿਉਂਕਿ ਜਿਹੜੀ ਮੋਹਰ ਜਿਹੜੀ ਸਟੰਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ। ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ, ਅਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਅਤੇ ਵੀਜ਼ਾ ਲੱਗਿਆ ਹੋਇਆ ਸੀ ਅਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ। ਹੁਣ ਜਿਹੜਾ ਆਉਂਦਾ ਹਰਜਾਨਾ ਉਹ ਕੌਣ ਭਰੂਗਾ, ਇਹਨੇ ਤਾਂ ਲਾਤੇ
ਚੱਕ ਚੁੱਕ ਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ ਆਸ 'ਚ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ, ਅਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਅਤੇ ਜਿਹੜੇ ਮੰਗਣ ਵਾਲੇ ਜਿਹਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਹਨਾਂ ਦਾ ਇਹਨੇ ਕਰਜ਼ਾ ਦੇਣਾ, ਇਹ ਕੀ ਕਰੂਗਾ? ਫਿਰ ਇਹਦੇ ਤੋਂ ਸੁਸਾਈਡ ਤੋਂ ਇਲਾਵਾ ਤਾਂ ਕੁਛ ਨਹੀਂ ਹੈਗਾ, ਫਿਰ ਜਾਂ ਤਾਂ ਮਰੂਗਾ ਜਾਂ ਕੁਛ ਖਾਊਗਾ ਜਾਂ ਫਿਰ ਇਹ ਚੋਰੀਆਂ ਚਕਾਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿਹਦੇ ਕਰਕੇ ਜਲਦੀ ਪੈਸਾ ਆਏ ਅਤੇ ਪੈਸਾ ਪੂਰਾ ਕਰਕੇ ਜਿਹਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ। ਹੁਣ ਮੰਗ ਇਹੀ ਹੈ ਜੀ ਇਹਦੇ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਅਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ। ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਆ ਮੋਹਰ ਲੱਗੀ ਨਾ ਟਾਈਗਰ ਮੋਹਰ, ਇਹ ਸਰਕਾਰੀ ਮੋਹਰ ਹੈ ਜੀ, ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਕੋਈ ਵੀ ਪਾੜ ਦੇ ਤਾਂ ਫਿਰ ਕੱਲ੍ਹ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ। ਅਤੇ ਬੇਨਤੀ ਇਹੀ ਹੈ ਸਰਕਾਰ ਨੂੰ, SHO ਨੂੰ ਵੀ ਇਹੀ ਬੇਨਤੀ, ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ 'ਤੇ, ਸਾਰੀ ਗੱਲਬਾਤ ਵੀ ਕਰ ਗਏ, ਮੁੰਸ਼ੀ ਨਾਲ ਵੀ ਗੱਲ ਹੋਈ ਹੈ ਕਿ ਬਣਦੀ ਕਾਰਵਾਈ ਇਹਦੇ 'ਤੇ ਕੱਲ੍ਹ ਤੱਕ ਹੋ ਜਾਣੀ ਚਾਹੀਦੀ ਹੈ, ਅਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ।